ਪੰਜੋ ਗੈਸ ਸਤੀ ਸਰਦਾਰ ਮਨਦੀਪ ਸਿੰਘ ਸਿੱਧੂ IPS ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਕਿ ਜੋ ਵੀ ਪੰਜਾਬ ਗੌਰਮੈਂਟ ਵੱਲੋਂ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਵੱਢੀ ਹੋਈ ਹੈ ਉਹਨੂੰ ਲੈ ਕੇ ਚੱਲਦਿਆਂ ਕੱਲ੍ਹ ਅਸੀਂ ਲਦਾਲ ਪਿੰਡ ਰੇਡ ਕੀਤੀ ਸੀ ਐਕਸਾਈਜ਼ ਇੰਸਪੈਕਟਰ ਨਾਲ ਸੀ ਡਰੱਗਸ ਦੇ ਮਾਮਲੇ 'ਚ ਉੱਥੋਂ ਸਾਨੂੰ ਕਾਫੀ ਘਰਾਂ ਦੇ ਵਿੱਚ ਰੇਡ ਕਰਨ ਤੋਂ ਬਾਅਦ 'ਚ ਜਿਹੜੀ ਹੈਗੀ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਲਾਹਣ ਅਤੇ ਨਜਾਇਜ਼ ਕਸੀਦੀ ਸ਼ਰਾਬ ਵੰਡੀ ਉਹ ਮਿਲੀ ਹੈ ਇਹਦੇ 'ਚ ਅਸੀਂ 3 FIR ਤਾਂ ਨੇੜੀ ਹੈਗੇ ਪਰਮਜੀਤ ਕੌਰ ਵਾਈ ਬਾਬਾਦੇਵ ਸਿੰਘ ਇੱਕ ਫੂਲਾ ਸਿੰਘ ਸਨ ਔਫ ਪ੍ਰੀਤਮ ਸਿੰਘ ਇੱਕ ਹਰਬੰਸ ਸਿੰਘ ਸਨ ਔਫ ਜਗੀਰ ਸਿੰਘ ਇਹਨਾਂ ਦੇ ਖਿਲਾਫ ਅਸੀਂ FIR 172 173 174 ਰਿਲੇਟਡ 5922 ਅੰਡਰ ਸੈਕਸ਼ਨ 61 ਐਕਸਾਈਜ਼ ਐਕਟ ਦਰਜ ਰਜਿਸਟਰ ਕੀਤਾ ਅਤੇ ਇਹਨਾਂ ਤੋਂ ਕਰੀਬ 350 ਦੇ ਲਗਭਗ ਜਿਹੜਾ ਹੈਗਾ ਲਾਹਣ ਅਤੇ ਬਾਕੀ 15-20 ਲੀਟਰ ਜਿਹੜੀ ਕਸੀਦੀ ਹੋਈ ਸ਼ਰਾਬ ਵਾਲੀ ਦੇਸੀ ਨਜਾਇਜ਼ ਉਹ ਬਰਾਮਦ ਕੀਤੀ ਹੈ FIR ਦਰਜ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਰੇਡ ਲਗਾਤਾਰ ਚੱਲਦੀ ਹੈ ਜਾਂ ਜਿਸ ਤਰ੍ਹਾਂ ਬਿਲਕੁਲ ਜੀ ਅਸੀਂ ਆਪੋ ਜਿਹੜਾ ਹੈਗਾ ਜਿਹੜੇ ਜਿਹੜੇ ਸਾਨੂੰ ਪਿੰਡਾਂ ਦੇ ਵਿੱਚ ਕੋਈ ਸ਼ਿਕਾਇਤ ਆ ਰਹੀ ਹੈ ਅਸੀਂ ਬਣਾਇਆ ਹੋਇਆ ਵੀ ਅੱਜ ਇਸ ਪਿੰਡ ਰੇਡ ਕਰਨੀ ਅਸੀਂ ਇਸ ਤਰ੍ਹਾਂ ਬਣਾਇਆ ਹੋਇਆ ਜਦੋਂ ਵੀ ਸਾਨੂੰ ਟਾਈਮ ਮਿਲਦਾ ਉਦੋਂ ਹੀ ਅਸੀਂ ਜਿਹੜਾ ਹੈਗਾ ਉਹ ਰੇਡ ਵਗੈਰਾ ਕਰਕੇ ਜਿਹੜਾ ਪਿੱਛੇ ਵੀ ਕੀਤੀਆਂ ਸੀ ਉਦੋਂ ਵੀ ਅਸੀਂ FIR ਵਗੈਰਾ ਦਰਜ ਕੀਤੀਆਂ ਉਹ ਜਿਹੜਾ ਹੈਗਾ ਸਾਥੀ ਕੀਤੀ ਉਹ ਕਿਉਂਕਿ ਜਿਹੜਾ ਸਾਡਾ ਥਾਣਾ ਹੈ ਇਹਦਾ ਬਾਰਡਰ ਹਰਿਆਣੇ ਨਾਲ ਲੱਗਦਾ ਪਿਛਲੇ ਮਹੀਨੇ ਵੀ ਅਸੀਂ ਕਾਫੀ ਜਿਹੜੀ ਹੈਗੀ ਹੈ ਹਰਿਆਣੇ ਵਾਲੀ ਸ਼ਰਾਬ ਸੀ ਜਿਹੜੀ ਵੱਡੀ ਮਾਤਰਾ 'ਚ ਉਹ ਫੜ ਕੇ ਵੱਖ ਵੱਖ ਜਿਹੜੀਆਂ ਹੈਗੀਆਂ ਚੌਂਕੀ ਚੋਰੀਆਂ FIR ਦਰਜ ਕੀਤੀਆਂ